ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ੁੱਕਰਵਾਰ ਨਹੀਂ ਪਰ ਸ਼ਨੀਵਾਰ ਨੂੰ, ਕਿਉਂਕਿ ਫਿਲਮ ਇੰਡੀਆ ਦੇ ਵਿੱਚ ਅੱਜ ਸ਼ਨੀਵਾਰ ਨੂੰ ਰਿਲੀਜ਼ ਹੋਈ ਹੈ। ਭੱਜੋ ਵੀਰੋਵੇ ਰਿਦਮ ਬੋਇਜ਼ ਇੰਟਰਟੇਨਮੈਂਟ ਦੀ ਫਿਲਮ, ਅੰਬਰਦੀਪ ਸਿੰਘ ਐਂਡ ਸਿਮੀ ਚਾਹਲ ਦੀ ਸਟਾਰਕਾਸਟ ਨਾਲ ਸਜੀ ਹੋਈ ਫਿਲਮ ਭੱਜੋ ਵੀਰੋਵੇ। ਦੇਖਦੇ ਹਾਂ ਲੋਕਾਂ ਨੂੰ ਕਿੰਨੀ ਕੁ ਪਸੰਦ ਆਈ ਹੈ ਅਤੇ ਫਿਲਮ ਵਿੱਚ ਉਹਨਾਂ ਨੂੰ ਕੀ ਚੰਗਾ ਲੱਗਿਆ ਗਾ ਅਤੇ ਫਿਲਮ ਦੀ ਕੀ ਰਿਸਪੋਂਸ ਆ, ਉਹਨਾਂ ਦਾ ਕੀ ਕਹਿਣਾ ਗਾ ਫਿਲਮ ਬਾਰੇ। ਆਓ ਪੁੱਛਦੇ ਹਾਂ ਆਪਾਂ ਲੋਕਾਂ ਕੋਲੋਂ। ਇੱਕ ਵਧੀਆ ਮੈਸੇਜ ਵੀ ਆ ਕਮਿਊਨਿਟੀ ਲਈ ਅਤੇ ਇੱਕ ਬਹੁਤ ਹੀ ਵਧੀਆ ਗੱਲ ਵੀ ਇਹਦੇ ਵਿੱਚ ਇਹ ਲੱਗੀ ਹੈ ਕਿ ਮਤਲਬ ਵੀ ਲਵ ਮੈਰਿਜ ਇਜ਼ ਨੋਟ ਅ ਦੈਟ ਫੈਕਟ ਦੈਟ ਪੀਪਲ ਹੈਵ ਟੂ ਡੂ ਸੋ ਮਚ ਆਫ ਐਫਰਟਸ, ਲਾਈਕ ਇਫ ਦੇ ਆਰ ਏਬਲ ਟੂ ਜਸਟ ਡੂ ਵਟ ਐਵਰ ਦੇ ਲਵ ਐਂਡ ਵਟ ਐਵਰ ਟੂ ਹੂਮ, ਸੋ ਦੇ ਕੈਨ ਬੀ ਅ ਜਸਟ ਅ ਗੁੱਡ ਕਪਲ ਇਨ ਦਾ ਪੀਪਲ ਐਂਡ ਸੋਸਾਇਟੀ ਸ਼ੁੱਡ ਅੰਡਰਸਟੈਂਡ ਦੈਟ। ਕਿੰਨੇ ਸਟਾਰ ਦੇਣਾ ਚਾਹੋਗੇ? 4.5। ਬਹੁਤ ਘੈਂਟ, ਕਮਾਲ ਦੀ ਸਕ੍ਰਿਪਟ, ਡਾਇਲਾਗ, ਐਕਟਿੰਗ, ਹਰੇ ਗੂਗੂ ਗਿੱਲ ਬਾਈ, ਸਲਿਊਟ ਟੂ ਅਮਰਦੀਪ। ਪਤਾ ਲੱਗੇ ਜੀ, ਬਹੁਤ ਸੋਹਣੀ ਮੂਵੀ ਹੈ, ਬਹੁਤ ਵਧੀਆ। ਕਿੰਨੇ ਸਟਾਰ ਦੇਣਾ ਚਾਹੋਗੇ? 5/5। ਅਤੇ ਮੂਵੀ ਸਭ ਤੋਂ ਵਧੀਆ ਕਰੈਕਟਰ ਕਿਹਦਾ ਜੀ? ਗੁੱਗੂ ਗਿੱਲ। ਅੱਛਾ, ਸਭ ਤੋਂ ਵਧੀਆ ਐਕਟਿੰਗ ਕਿਸ ਦੀ ਲੱਗੀ? ਅਮਨਦੀਪ ਦੀ ਵੀ ਵਧੀਆ ਸੀ, ਗੁੱਗੂ ਗਿੱਲ ਦੀ ਵੀ ਬਹੁਤ ਵਧੀਆ ਸੀ। ਤੁਸੀਂ ਮੂਵੀ ਨੂੰ ਕਿੰਨੇ ਸਟਾਰ ਦੇਣਾ ਚਾਹੁੰਦੇ ਹੋ? 5/5। ਕਰੈਕਟਰ ਕਿਹਦਾ ਲੱਗੇ ਜੀ? ਸਭ ਤੋਂ ਵਧੀਆ ਦੋਨੋਂ ਹੀ ਵਧੀਆ ਸੀਗੇ, ਕੁੜੀ ਦੇ ਮੁੰਡਾ ਦੋਨੋਂ ਵਧੀਆ ਸੀ। ਸਭ ਤੋਂ ਵਧੀਆ ਐਕਟਿੰਗ ਕਿਹਦੀ ਹੈ ਫਿਲਮ 'ਚ? ਗੁੱਗੂ ਗਿੱਲ ਦੀ। ਅਤੇ ਮੂਵੀ ਮੈਸੇਜ ਕਿੰਨੇ ਸਟਾਰ ਦੇਣਾ ਚਾਹੁੰਦੇ ਹੋ ਮੂਵੀ? 5। ਕਿੱਦਾਂ ਲੱਗੀ ਮੂਵੀ ਜੀ? ਬਹੁਤ ਵਧੀਆ ਲੱਗੀ। ਕਿਹਦੀ ਐਕਟਿੰਗ ਵਧੀਆ ਲੱਗੀ ਤੁਹਾਨੂੰ? ਸਿਮੀ ਚਹਿਲ ਦੀ ਜੀ। ਅਤੇ ਹੋਰ ਕੀ ਮੈਸੇਜ ਫਿਲਮ ਦੇ ਵਿੱਚ ਮਿਲਿਆ ਤੁਹਾਨੂੰ? ਗੁੱਡਨੈਸ, ਮਤਲਬ ਉਹ ਵਿਨ ਕਰਦੀ ਹੈ, ਉਹੀ ਹੈ ਸੱਚਾ, ਮਤਲਬ ਅੱਛਾ। ਅਤੇ ਮਾਮੇ ਭਾਣਜੇ ਦੇ ਪਿਆਰ ਨੂੰ ਕਿੰਨਾ ਕਿੰਨਾ ਉਹ ਦਹਰਾਇਆ ਉਸਦੇ ਵਿੱਚ? ਅੱਛਾ ਦਿਖਾਇਆ ਗਿਆ ਹੈ, ਓਵਰਆਲ ਅੱਛੀ ਮੂਵੀ ਹੈ ਇਹ। ਹਾਂਜੀ, ਓਕੇ, ਥੈਂਕ ਯੂ। ਸਭ ਤੋਂ ਵਧੀਆ ਕਰੈਕਟਰ ਕਿਹਦਾ ਸੀਗੀ ਮੂਵੀ ਜੀ? ਕਰੈਕਟਰ ਸਾਰੀ ਵਧੀਆ ਸੀ ਜੀ, ਤਾਂ ਹੀ ਮੂਵੀ ਬਹੁਤ ਵਧੀਆ ਹੈਗੀ, ਅੱਛੀ ਲੱਗੀ ਮੈਨੂੰ ਅੰਬਰਦੀਪ ਬਾਈ ਹੋਣਾ ਦਾ ਕੰਮ ਬਹੁਤ ਵਧੀਆ, ਅਤੇ ਸਕ੍ਰਿਪਟ, ਕੰਟੈਂਟ ਸਾਰਾ ਕੁਛ ਹੀ ਅੱਛਾ ਹੈਗਾ। ਮਾਮੇ ਭਾਣਜੇ ਦੇ ਪਿਆਰ ਨੂੰ ਕਿੰਨਾ ਦਹਰਾਇਆ? ਮਾਮੇ ਭਾਣਜੇ ਦਾ ਪਿਆਰ ਫਿਲਮ ਦੇ ਵਿੱਚ ਪੂਰਾ ਉੱਭਰ ਕੇ ਆਇਆ, ਜੋ ਕਿ ਮਤਲਬ ਜਿੰਨੀਆਂ ਫਿਲਮਾਂ ਆਈਆਂ ਨੇ ਡਿਫਰੈਂਟ ਕੰਟੈਂਟ ਹੈ, ਅਤੇ ਆਡੀਅੰਸ ਨੂੰ ਪਸੰਦ ਆਊਗੀ, ਮਤਲਬ ਸਾਰਿਆਂ ਨੂੰ ਇੱਕ ਵਾਰ ਮੂਵੀ ਜ਼ਰੂਰ ਦੇਖ ਕੇ ਆਉਣੀ ਹੈਗੀ, ਚਾਹੀਦੀ ਹੈਗੀ ਮੇਰੇ ਹਿਸਾਬ ਨਾਲ। ਜੋ ਰਿਸ਼ਤਿਆਂ ਦੇ ਉੱਤੇ ਜੋ ਸਾਡਾ ਜਿਹੜੀ ਪੰਜਾਬੀਆਂ ਦੀ ਪਕੜ ਹੈਗੀ, ਉਹ ਫਿਲਮ ਦੇ ਵਿੱਚ ਦਿਖਦੀ ਹੈ। ਅਤੇ ਤੁਸੀਂ ਮੂਵੀ ਨੂੰ ਕਿੰਨੇ ਸਟਾਰ ਦੇਣਾ ਚਾਹੁੰਦੇ ਹੋ? ਸਟਾਰ ਜੀ ਤੁਸੀਂ ਦੱਸੋ ਕਿੰਨੇ 'ਚੋਂ ਕਿੰਨੇ ਪੁੱਛ ਰਹੇ ਹੋ? ਮੈਂ ਮੂਵੀ ਨੂੰ 5 ਦੇ ਵਿੱਚ 5 ਹੀ ਸਟਾਰ ਦੇਊਂਗਾ, ਕਿਉਂਕਿ ਇਹ ਮਨੋਰੰਜਨ ਦੇ ਨਾਲ ਨਾਲ ਜਿਹੜੀ ਗੱਲ ਹੈ ਵੀ ਮੈਸੇਜ ਵੀ ਬਹੁਤ ਵਧੀਆ ਫਿਲਮ ਦੇ ਵਿੱਚ, ਅਤੇ ਬਾਕੀ ਕੁੱਲ ਮਿਲਾ ਕੇ ਫਿਲਮ ਬਹੁਤ ਅੱਛੀ ਸੋਹਣੀ ਮੂਵੀ ਹੈ ਜੀ। ਅਤੇ ਮੂਵੀ ਦੇ ਵਿੱਚ ਸਭ ਤੋਂ ਵਧੀਆ ਕਰੈਕਟਰ ਕਿਸ ਦਾ ਸੀਗਾ? ਕਰੈਕਟਰ ਭਾਜੀ ਸਾਰੇ ਸੋਹਣੇ ਨੇ, ਸਾਰੇ ਬੰਦੇ ਨੇ ਵਧੀਆ ਕੰਮ ਕੀਤਾ, ਅੰਬਰ ਭਾਜੀ ਜਿੰਨੇ ਵੀ ਕਰੈਕਟਰ ਨੇ ਸਾਰੇ, ਓਵਰਆਲ ਇੱਕ ਵਧੀਆ ਐਂਟਰਟੇਨਮੈਂਟ ਫੈਮਿਲੀ ਮੂਵੀ ਹੈ। ਅਤੇ ਮੂਵੀ ਦੇਖ ਕੇ ਤੁਹਾਨੂੰ ਕਿਵੇਂ ਦਾ ਫੀਲ ਹੋਇਆ? ਨਹੀਂ ਮੈਨੂੰ ਵਧੀਆ ਲੱਗੇ ਭਾਜੀ ਫਿਲਮ, ਮੈਂ ਕੋਸ਼ਿਸ਼ ਕਰਾਂਗੇ ਦੁਬਾਰਾ ਇੱਕ ਵਾਰੀ ਹੋਰ ਦੇਖਾਂ, ਕਿਉਂਕਿ ਮੈਂ ਥੋੜ੍ਹੀ ਜਿਹੀ ਮਿਸ ਕਰ ਗਿਆ ਸੀ ਸਟਾਰਟ ਤੋਂ। ਅਤੇ ਇਸ ਮੂਵੀ ਦੇ ਵਿੱਚ ਜੋ ਰਿਸ਼ਤੇ ਦਿਖਾਏ ਗਏ ਹਨ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭਾਜੀ ਬਹੁਤ ਸਹੀ ਚੀਜ਼ਾਂ ਦਿਖਾਈਆਂ ਨੇ, ਚੰਗੀ ਗੱਲ ਹੈ ਜੀ, ਰਿਸ਼ਤਿਆਂ ਨੂੰ ਲੈ ਕੇ ਫਿਲਮ ਬਣਾਈ ਗਈ ਹੈ। ਅਤੇ ਤੁਸੀਂ ਇਸ ਮੂਵੀ ਨੂੰ ਕਿੰਨੇ 5 ਜੋ ਕਿੰਨੇ ਸਟਾਰ ਦੇਣਾ ਚਾਹੁੰਦੇ ਹੋ? ਭਾਜੀ ਆਪਾਂ ਤਾਂ 5 ਤੋਂ 5 ਹੀ ਦਾਂਗੇ।